किसान आंदोलन को लेकर जिला पठानकोट में किसानों द्वारा ट्रैक्टर मार्च निकाला गया और अपनी मांगों को लेकर हल्का सुजानपुर से विधायक नरेश पुरी से मुलाकात की गई। ज्यादा जानकारी देते हुए विधायक नरेश पुरी ने बताया कि केंद्र की मोदी सरकार द्वारा किसानों की मांगे नहीं मानी जा रही और न ही खेती कानूनों की आड़ में काले कानूनों को रद्द किया जा रहा है, जिसके विरोध में किसानों द्वारा आज ट्रैक्टर मार्च निकालते हुए केंद्र सरकार खिलाफ रोष प्रदर्शन किया गया। ਅੱਜ ਜਿਸ ਤਰ੍ਹਾਂ ਸਾਡੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਸਿੰਘੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ, ਉਹਨਾਂ ਨੂੰ ਥਾਪੜਾ ਦੇਣ ਲਈ, ਉਹਨਾਂ ਨੂੰ ਆਪਣਾ ਸਾਥ ਦੇਣ ਲਈ ਔਰ ਦੱਸਣ ਵਾਸਤੇ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਔਰ ਕਿਸਾਨੀ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਜਿਸ ਤਰ੍ਹਾਂ ਉਹ ਸੰਘਰਸ਼ ਕਰ ਰਹੇ ਔਰ ਪੰਜਾਬ ਦੀ ਗਲੀਆਂ ਗਲੀਆਂ ਪਿੰਡ ਪਿੰਡ ਕਾਂਗਰਸ ਦੇ ਕਾਰਜਕਰਤਾ ਔਰ ਉਹਨਾਂ ਦੇ ਨੇਤਾ ਇੱਕ ਟਰੈਕਟਰ ਰੈਲੀ ਕੀਤੀ ਅੱਜ, ਜਿਹਦੇ ਵਿੱਚ ਕਿਸਾਨਾਂ ਨੇ ਔਰ ਬਾਕੀ ਸਾਥੀਆਂ ਨੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਨੇ ਬੜਾ ਹੁੰਗਾਰਾ ਦਿੱਤਾ ਔਰ ਇਸ ਟਰੈਕਟਰ ਰੈਲੀ ਦਾ ਮਕਸਦ ਇਹੋ ਹੀ ਸੀ ਕਿ ਉਹ ਜਿਹੜੀ ਸੁੱਤੀ ਦੀ ਸਰਕਾਰ ਹੈ ਸੈਂਟਰ ਦੀ, ਉਹਨੂੰ ਜਗਾਉਣਾ ਕਿ ਜਿਹੜੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ, ਪਹਿਲੇ ਵੀ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਕੀਤੀ ਔਰ ਕਿੰਨੇ ਕਿਸਾਨ ਸਾਡੇ 700 ਦੇ ਕਰੀਬ ਵਿਚਾਰੇ ਸ਼ਹੀਦ ਹੋ ਗਏ ਔਰ ਕਈ ਪਰਿਵਾਰ ਉੱਜੜ ਗਏ। ਹੁਣ ਵੀ ਸਾਡਾ ਨੌਜਵਾਨ ਸਾਥੀ 22 ਸਾਲ ਦਾ ਸ਼ੁਭਕਰਨ ਸਿੰਘ, ਜਿਹਨੂੰ ਹਰਿਆਣਾ ਪੁਲਿਸ ਨੇ ਗੋਲੀ ਮਾਰਤੀ ਔਰ ਪੰਜਾਬ ਦੇ ਕਾਂਗਰਸੀ ਔਰ ਕਿਸਾਨ ਡਿਮਾਂਡ ਕਰ ਰਿਹਾ ਕਿ ਜਿਨ੍ਹਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਔਰ ਗੋਲੀ ਚਲਾਈ, ਉਹਨਾਂ 'ਤੇ FIR ਦਰਜ ਕੀਤੀ ਜਾਏ ਕਿਸਾਨਾਂ ਦੇ ਸਾਥ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਕਿ ਸਾਰੀ ਪਾਰਟੀ ਕਾਂਗਰਸ ਪਾਰਟੀ ਅਸੀਂ ਉਹਨਾਂ ਦੇ ਨਾਲ ਹਾਂ। ਇਸ ਕਰਕੇ ਅਸੀਂ ਸਾਰਿਆਂ ਨੇ, ਮੇਰੇ ਸਾਥੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਇੱਥੇ ਲੀਡਰ ਸਾਹਿਬਾਨ ਹੈ, ਬਲਾਕ ਪ੍ਰੈਜ਼ੀਡੈਂਟ ਹੈ ਔਰ ਜਿੰਨੇ ਵੀ ਦਰਜਾ ਬਦਰਜਾ ਨੇਤਾ, ਉਹਨਾਂ ਨੇ ਆਪਣਾ ਸਾਥ ਦੇਣ ਲਈ ਅੱਜ ਟਰੈਕਟਰ ਰੈਲੀ ਕੀਤੀ ਔਰ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਯਾਸ ਰੰਗ ਲਾਂਗੇ ਔਰ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇਗਾ ਔਰ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਹੈ, ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਹੈ, ਉਹਨਾਂ ਦੇ ਪਰਿਵਾਰਾਂ ਦੇ ਪਾਲਣ ਪੋਸ਼ਣ ਦਾ ਧਿਆਨ ਰੱਖਦੇ ਹੋਏ ਨੌਕਰੀਆਂ ਪਲੱਸ ਉਹਨਾਂ ਨੂੰ ਕੰਪਨਸੇਟ ਕਰੇਗੀ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।